Thank you.
ਸੰਗਤਾਂ ਬੇਨਤੀ ਹੈ ਸਰਬੱਤ ਸੰਗਤਾਂ ਹਾਜ਼ਰੀਆਂ ਦਵਾ ਕੇ ਗੁਰੂ ਦੀਆਂ ਸਿੱਖਾਂ ਪ੍ਰਾਪਤ ਕਰੋ ਅਤੇ ਆਪਣਾ ਜੀਵਨ ਉਪਲਾ ਬਣਾਓ। ਆਦਿ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੈਰਾਗਮੀ ਸ਼ਕਤੀ ਤਰ੍ਹਾਂ ਹੋਣ ਲੱਗਿਆ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਲੰਗਰ ਤਿਆਰ ਹੈ, ਸੰਗਤਾਂ ਲੰਗਰ ਪਾਣੀ ਛੱਡ ਕੇ ਗੁਰੂ ਮਹਾਰਾਜ ਜੀ ਨੂੰ ਜੁੜੋ, ਮਾਤਾ ਜੀ ਦੇ ਸ਼ਰਧਾ ਦੇ ਮੁੱਲ ਭੇਟਾ ਕਰੋ। ਅਰਦਾਸ ਬੇਨਤੀ ਦੇ ਜੁੜ ਕੇ ਹਾਜ਼ਰੀਆਂ ਲਗਾਉਣੀਆਂ, 1 ਵਜੇ ਅੰਦਰ ਅਰਦਾਸ ਸਾਰੀਆਂ ਸੰਗਤਾਂ ਦੀ ਸ਼ਾਮਲ ਹੋਣ ਦੀ ਪ੍ਰਾਰਥਨਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਮ ਪਰ ਨਾ
ਨਹੀਂ ਹੁੰਦੀ।
Thank you.
ਸਤ ਸਤ ਕਰਕੇ ਜਿਹੜੀ ਕਿਉਂਕਿ ਬਾਣੀ ਗੁਰੂ ਗੁਰੂ ਹੈ, ਬਾਣੀ ਬਾਣੀ ਵਿੱਚ ਅੰਮ੍ਰਿਤ ਸਾਰੇ ਗੁਰਬਾਣੀ ਹੈ, ਸਿੰਘ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਰਜ ਕਿ ਇਹ ਤੇਰਾ ਸ੍ਰੀ ਗੁਰੂ ਦਾ ਕਾਰਜ ਹੈ। ਪਰਮਾਤਮਾ ਨੂੰ ਸਿਮਰਨਾ, ਆਓ ਸਤਿਗੁਰਾਂ ਦੀ ਬਾਣੀ ਬੜਾ ਹੀ ਸੋਹਣਾ ਬਿਆਨ ਕਰਦੇ ਹਨ। ਧੰਨ ਸਿੰਘ ਬਹਾਦਰ ਸਿੰਘ ਜਾਗਰਤ ਰਾਮ ਸਭ ਜਗਤ ਜਿਨਾ ਸਭ ਝੂਠ ਹੈ, ਜਗਤ ਜਿਨਾ ਸਭ ਝੂਠ ਹੈ। ਨਾਮ ਕੀੜੇ ਨਹੀਂ ਹੋ
ਸਾਰੇ ਸਾਰੇ ਸਭ ਛਾੜਤ ਕੌਣ ਨਾ ਜਦੋਂ ਵਿਪਤਾ ਪੈਂਦੀ ਆ ਲੁੱਖਾ ਹੁੰਦਾ ਸਾਰੇ ਸੰਗਲੇ ਸਾਫ ਨੇ ਛੱਡ ਜਾਂਦੇ ਇਸੇ ਤਰ੍ਹਾਂ ਮੌਤ ਜਦੋਂ ਜੀਵ ਦੇ ਅੰਦਰ ਪ੍ਰਵੇਸ਼ ਕਰਦੀ ਕਾਮ ਕ੍ਰੋਧ ਲੋਭ ਹੰਕਾਰ ਏ ਮਾਇਆ ਜਿੰਨਾ ਸੰਸਾਰ ਸੰਸਾਰ ਦੇ ਪਦਾਰਥ ਨੇ ਇਹ ਸਾਰੇ ਦੇ ਛੱਡ ਕੇ ਭੱਜ ਜਾਂਦੇ ਨੇ ਪ੍ਰੇਤ ਕਰ ਪਾਪੀ
ਨਾ ਕਰੇ ਨਾ ਪਾਪਾ ਪਾਏ
ਸਭ ਸੰਸਾਰ
ਆਪਣੇ
ਦੀ ਕੋਈ ਨੰਦ ਅੰਦਰ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਦੇ ਫਰਮਾਨ ਅਨੁਸਾਰ ਜੋ ਵੀ ਜੀਵ ਇਸ ਸੰਸਾਰ ਦੇ ਵਿੱਚ ਆਇਆ ਨਾ, ਉਸਨੇ ਇਸ ਸੰਸਾਰ ਨੂੰ ਇੱਕ ਨਾ ਇੱਕ ਦਿਨ ਬੂਝ ਕਰਕੇ ਚਲੇ ਜਾਣਾ। ਜਿਵੇਂ ਆਪਾਂ ਪਹਿਲਾਂ ਸ਼ਬਦ ਸਰਵ ਕਾਰਜ ਸੀ, ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਅਗਰ ਮਿਲ ਨਾ। ਜਾਣਾ ਤਾਂ ਇਸ ਸੰਸਾਰ ਦੇ ਵਿੱਚ ਸਭਨਾ ਨਹੀਂ ਹੈ, ਕਿਉਂਕਿ ਜਦੋਂ ਸਮਾਂ ਆ ਗਿਆ, ਜਦੋਂ ਵਾਰੀ ਆ ਗਈ ਨਾ ਗੁਰੂ ਪਿਆਰੇ, ਉਦੋਂ ਫਿਰ ਇਸ ਸੰਸਾਰ ਨੂੰ ਆਪਾਂ ਨੂੰ ਜਾਣਾ ਪੈਣਾ। ਜੰਮਣ ਮਰਨਾ ਹੁਕਮ ਹੈ, ਆਣਾ ਆਵੇ ਜਾਏ। ਉਸ ਵਾਹਿਗੁਰੂ ਦਾ ਹੁਕਮ ਹੈ ਜੰਮਣਾ ਤੇ ਮਰਨਾ, ਉਹਦੇ ਹੁਕਮ ਵਿੱਚ ਹੀ ਜੀਵ ਆਉਂਦਾ, ਉਹਦੇ ਹੁਕਮ ਵਿੱਚ ਹੀ ਚੱਲਿਆ ਜਾਂਦਾ। ਹੁਕਮ ਹੈ ਅੰਦਰ ਸਭ ਤੋਂ ਬਾਹਰ ਹੁਕਮਨਾ। ਜਾਣਾ ਤਾਂ ਗੁਰੂ ਪਿਆਰਿਓ ਸਭਨਾ ਨਹੀਂ ਹੈ, ਪਰ ਸੱਚ ਇਹ ਹੈ ਕਿ ਇਸ ਸੰਸਾਰ ਦੇ ਵਿੱਚ ਕਿਸੇ ਨੇ ਵੀ ਸਦੀਵ ਕਾਲ ਨਹੀਂ ਰਹਿਣਾ। ਪਰ ਦੁਨੀਆਦਾਰੀ ਦੇ ਜਿਹੜੇ ਆਪਣੇ ਸੰਬੰਧ ਬਣੇ ਹੋਏ ਨੇ ਨਾ, ਉਹਨਾਂ ਸੰਬੰਧਾਂ ਕਰਕੇ, ਘਰ ਪਰਿਵਾਰ ਦੇ ਜੀਵ ਦੇ ਜਾਣ ਕਰਕੇ ਜੀਵ ਦੇ ਅੰਦਰ ਵੈਰਾਗਤਾ ਹੁੰਦੀ। ਉਸ ਵੈਰਾਗਤਾ ਨੂੰ ਧਾਰਨ ਕਰ ਲੈਂਦਾ, ਰੋਂਦਾ ਹੈ, ਦੁੱਖ ਮਹਿਸੂਸ ਕਰਦਾ। ਪਰ ਗੁਰੂ ਪਿਆਰੇ ਰੋਣਾ ਕੋਈ ਹੱਲ ਨਹੀਂ ਹੈ। ਕੋਈ ਜੀਵ ਚਲਿਆ ਗਿਆ ਤੇ ਸਤਿਗੁਰ ਜੀ ਕਹਿੰਦੇ ਭਾਈ, ਜੇ ਕੋਈ ਜੀਵ ਇਸ ਸੰਸਾਰ ਦੇ ਵਿੱਚ ਚਲਿਆ ਗਿਆ, ਉਹਦੇ ਪਿੱਛੋਂ ਰੋਣ ਕਰਲਾਉਣ ਦੇ ਨਾਲ ਉਹ ਵਾਪਸ ਨਹੀਂ ਆ ਜਾਂਦਾ, ਤਾਂ ਆਪਣੀਆਂ ਮੂੰਹ ਦੀਆਂ ਕੰਧਾਂ ਜੁੜੀਆਂ ਹੋਣ ਕਰਕੇ ਆਪਾਂ ਨੂੰ ਵੈਰਾਗ ਆਉਂਦਾ। ਪਰ ਸਤਿਗੁਰ ਜੀ ਕਹਿੰਦੇ ਭਾਈ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮਾਗੈ। ਅਸਾਂ ਨੂੰ ਭਾਣਾ ਜਿਹੜਾ ਹੈ ਉਹ ਮਿੱਠਾ ਕਰਕੇ ਮੰਨਣਾ ਚਾਹੀਦਾ। ਪ੍ਰਭ ਦਾ ਭਾਣਾ ਸਤ ਕਰ ਸਭ, ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਸਹਿਣਾ ਕਰੀਏ, ਕਿਉਂਕਿ ਇਸ ਸੰਸਾਰ ਦੇ ਵਿੱਚ ਤਾਂ ਬਾਦੇ ਬੂਟੇ ਤਰਨੇ ਭਈਆ ਸਭ ਨੂੰ ਜੰਮ ਲੈ ਜਈ ਹੈ। ਮੌਤ ਤਾਂ ਸਭ ਤੇ ਆਉਣੀ ਹੈ। ਮੌਤ ਦਾ ਜਿਹੜਾ ਗੁਰੂ ਪਿਆਰੇ ਹੁਕਮ ਹੈ ਨਾ, ਉਹ ਸਭ ਤੇ ਲਾਗੂ ਹੁੰਦਾ, ਚਾਹੇ ਕੋਈ ਬੱਚਾ, ਚਾਹੇ ਕੋਈ ਜਵਾਨ ਹੈ ਤੇ ਚਾਹੇ ਕੋਈ ਬਜ਼ੁਰਗ ਹੈ। ਤੇ ਗੁਰੂ ਪਿਆਰੇ ਅਸਾਂ ਉਸ ਪਰਮੇਸ਼ਰ ਦਾ ਭਾਣਾ ਮੰਨਣਾ ਚਾਹੀਦਾ। ਤੇ ਭਾਣਾ ਕਿਵੇਂ ਮੰਨਣਾ, ਇਹ ਗੁਰਮੁਖ ਪਰਿਵਾਰ ਨੇ ਆਪਾਂ ਨੂੰ ਦਰਸਾਇਆ ਕਿ ਭਾਣਾ ਕਿਸ ਤਰ੍ਹਾਂ ਮੰਨਿਆ ਜਾਂਦਾ, ਕਿਉਂਕਿ ਗੁਰੂ ਪਿਆਰੇ ਹੋ ਰੋਣ ਕਰਲਾਉਣ ਦੇ ਨਾਲ ਕੁਝ ਨਹੀਂ ਬਣਦਾ, ਉਸ ਵਿਚਲੇ ਗੁਰੂ ਨੂੰ ਵੀ ਦੁੱਖ ਪਹੁੰਚਦਾ ਹੈ। ਜਿਹੜਾ ਗਰੀਬ ਰੋਂਦਾ ਹੈ ਵੈਰਾਗਤਾ ਦੇ ਵਿੱਚ ਆ ਕੇ, ਉਹਦੇ ਤਨ ਨੂੰ ਵੀ ਇਹ ਰੋਣਾ ਜਿਹੜਾ ਰੋਗੀ ਕਰ ਦਿੰਦਾ ਹੈ।
ਸੱਚ ਤੇ ਇਹ ਹੈ ਗੁਰੂ ਪਿਆਰਿਓ ਕਿ ਸਾਨੂੰ ਭਾਣਾ ਮੰਨਣਾ ਚਾਹੀਦਾ। ਗੁਰੂ ਸਾਹਿਬ ਜੀ ਨੇ ਸਾਨੂੰ ਭਾਣਾ ਮੰਨਣਾ ਸਿਖਾਇਆ। ਅਸੀਂ ਭਾਣੇ ਵਿੱਚ ਰਹੀਏ, ਅਸੀਂ ਉਸਦੀ ਰਜ਼ਾ ਵਿੱਚ ਰਹੀਏ, ਉਹਦੇ ਹੁਕਮ ਵਿੱਚ ਰਹੀਏ। ਮਾਤਾ ਜੀ ਜਿਸ ਦਿਨ ਚੜ੍ਹਾਈ ਕਰ ਗਏ, ਗੁਰੂ ਪਿਆਰਿਓ ਜੋ ਸੰਗਤਾਂ ਉਸ ਵੇਲੇ ਪਹੁੰਚੀਆਂ, ਉਹਨਾਂ ਨੇ ਵੇਖਿਆ ਹਰੀ ਜਸ ਕੀਰਤਨ ਹੋਇਆ, ਮਾਤਾ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਦਾ ਪਾਠ ਹੋਇਆ, ਮਾਤਾ ਜੀ ਦਾ ਸਰੀਰ ਪਿਆ ਸੀ ਪੰਜ ਗੁਰੂ ਸਰੀਰ ਤੇ ਵੈਰਾਗ ਨੇ ਸ਼ਬਦ ਕੀਰਤਨ ਕੀਤਾ। ਅੱਜ ਵੀ ਜਦੋਂ ਭੋਗ ਪਾਇਆ ਕਿ ਪਹਿਲਾਂ ਅੰਮ੍ਰਿਤ ਵੇਲੇ ਆਸਾ ਜੀ ਦੀ ਬਾਪ ਦਾ ਕੀਰਤਨ ਗੁਰੂ ਪਰਿਵਾਰ ਦੇ ਗ੍ਰਹਿ ਵਿਖੇ ਹੋਇਆ। ਆਸਾ ਜੀ ਦੀ ਬਾਪ ਦਾ ਕੀਰਤਨ ਕਰਨ ਤੋਂ ਉਪਰੰਤ ਨੌਵੇਂ ਮਹੱਲੇ ਦੇ ਭੋਗ ਦੇ ਸਲੋਕ ਪੜ੍ਹ ਕੇ ਬਾਣੀ ਦੇ ਲੜ ਲੱਗ ਕੇ ਮੰਨੀਏ ਤਾਂ ਕਿ ਗੁਰੂ ਪਿਆਰੇ ਆਪਣੀ ਹਾਜ਼ਰੀ ਲੱਗ ਜਾਵੇ ਤੇ ਗੁਰੂ ਸਾਹਿਬ ਜੀ ਸਾਨੂੰ ਬਾਣਾ ਮੰਨਣ ਦੀ ਜਾਣ ਸਿਖਾਉਂਦੇ ਨੇ। ਤੇ ਗੁਰੂ ਪਿਆਰੇ ਜਿਵੇਂ ਆਪਣੇ ਗੱਲ ਕੀਤੀ ਕਿ ਜਾਣਾ ਸਭਨਾ ਨਹੀਂ ਹੈ, ਪਰ ਘਰ ਪਰਿਵਾਰ ਦੇ ਵਿੱਚ ਨਾ ਗੁਰੂ ਪਿਆਰਿਓ, ਹਰ ਇੱਕ ਜੀਵ ਦਾ ਆਪਣਾ ਰੋਲ ਹੁੰਦਾ। ਜਿਵੇਂ ਬੱਚਿਆਂ ਦਾ ਆਪਣਾ ਰੋਲ ਹੈ, ਮਾਤਾ ਪਿਤਾ ਦਾ ਆਪਣਾ ਰੋਲ ਹੈ, ਘਰ ਵਾਲੀ ਦਾ ਆਪਣਾ ਰੋਲ ਹੈ, ਆਪਣਾ ਖੁਦ ਦਾ ਇੱਕ ਆਪਣਾ ਰੋਲ ਹੈ, ਹਰ ਇੱਕ ਦਾ ਆਪਣਾ ਆਪਣਾ ਰੋਲ ਹੈ। ਤੇ ਗੁਰੂ ਪਿਆਰਿਓ ਜਿਹੜੀ ਮਾਂ ਹੈ ਨਾ, ਮਾਂ ਨੂੰ ਦੂਜਾ ਰੱਬ ਜਿਹੜਾ ਕਿਹਾ ਗਿਆ, ਜਿਵੇਂ ਕਿਸੇ ਸ਼ਾਇਰ ਨੇ ਲਿਖਿਆ, ਮਾਂ ਜਿਹਾ ਘਨਸਾਵਾਂ ਬੂਟਾ ਜਗ ਤੇ ਨਜ਼ਰ ਨਾ ਆਵੇ, ਰੱਬ ਨੇ ਲੈ ਕੇ ਸ਼ਾਂ ਉਧਾ ਲਈ, ਰੱਬ ਨੇ ਸਵਰਗ ਬਣਾਇਆ। ਕਹਿੰਦੇ ਮਾਂ ਦੀ ਮਮਤਾ, ਮਾਂ ਤੋਂ ਸ਼ਾਂ ਉਧਾਰੀ ਲੈ ਕੇ ਤੇ ਰੱਬ ਨੇ ਸਵਰਗ ਬਣਾਇਆ। ਮਾਂ ਦਾ ਏਡਾ ਵੱਡਾ ਰੁਤਬਾ ਹੈ। ਮਾਂ ਦੇ ਪਰਥਾਏ ਜੇ ਆਪਾਂ ਵਿਚਾਰ ਕਰਨ ਲੱਗ ਗਏ ਨਾ ਤੇ ਆਪਾਂ ਨੂੰ ਬਹੁਤ ਸਮਾਂ ਲੱਗ ਜਾਵੇਗਾ, ਪਰ ਟੂਕ ਮਾਤਰ ਆਪਾਂ ਨੇ ਵਿਚਾਰ ਕਰਨੀ ਹੈ ਸੰਖੇਪ ਦੇ ਵਿੱਚ। ਗੁਰੂ ਪਿਆਰੇ ਹੋ, ਮਾਂ ਬੜੀ ਮਹਾਨ ਹੈ। ਮਾਂ ਕਿਸ ਕਾਰਨਾਂ ਕਰਕੇ ਮਹਾਨ ਹੈ, ਮਾਂ ਦਾ ਕਰਜ਼ਾ ਅਸੀਂ ਕਿਸ ਕਾਰਨਾਂ ਕਰਕੇ ਨਹੀਂ ਲਾ ਸਕਦੇ, ਤੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਸਿਖਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਮੇਰੀ ਪਿੱਤ ਮਾਲਕ, ਜਗਤ ਜਲੰਦੇ ਨੂੰ ਤਾਰਦੇ ਨੇ, ਸੱਚ ਦਾ ਉਪਦੇਸ਼ ਦਿੰਦੇ ਨੇ। ਤੇ ਗੁਰੂ ਪਿਆਰਿਓ ਉਹਨਾਂ ਦੇ ਮਾਤਾ ਜਿਸ ਵੇਲੇ ਧੰਨ ਧੰਨ ਮਾਤਾ ਗੰਗਾ ਜੀ, ਉਹਨਾਂ ਦਾ ਜਿਹੜਾ ਸਰੀਰ ਸੀ ਨਾ ਉਹ ਬਿਰਧ ਅਵਸਥਾ ਦੇ ਵਿੱਚ ਆ ਗਿਆ, ਤੇ ਜਿਸ ਵੇਲੇ ਬਿਰਧ ਅਵਸਥਾ ਦੇ ਵਿੱਚ ਸਰੀਰ ਆ ਗਿਆ, ਕਿਉਂਕਿ ਗੁਰੂ ਪਿਆਰੇ ਜੀ ਨੇ ਆਪਾਂ ਨੇ ਗੁਰਬਾਣੀ ਦੇ ਸ਼ਬਦ ਸਰਵਣ ਕੀਤੇ ਤੇ ਉਦਾਹਰਣਾਂ ਮਿਲੀਆਂ ਆਪਾਂ ਨੂੰ, ਗੁਰਬਾਣੀ ਦੇ ਸ਼ਬਦਾਂ ਰਾਹੀਂ ਆਪਾਂ ਨੂੰ ਸਮਝ ਆਉਂਦੀ ਹੈ
ਮਹਾਰਾਜ ਕਹਿੰਦੇ ਜਗ ਰਚਨਾ ਸਭ ਝੂਠ ਹੈ, ਰਾਮ ਲਿਓ ਦੇਵੀ, ਰਾਮ ਲਿਓ ਰਾਮ ਲਿਓ ਜਗ ਬਹੁ ਪਰਵਾਹ। ਇਸ ਤਰ੍ਹਾਂ ਸੰਸਾਰ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਪੀਰ ਪੈਗੰਬਰ ਔਲੀਏ ਸਾਧੂ ਸੰਤ ਵੀ ਆਏ ਨੇ, ਪਰ ਸਰੀਰ ਕਰਕੇ ਸਭਨਾਂ ਨੂੰ ਜਾਣਾ ਪਿਆ ਹੈ। ਸਦੀਵ ਕਾਲ ਲਈ ਕੋਈ ਨਹੀਂ ਰਹਿੰਦਾ, ਸਭਨਾਂ ਨੂੰ ਸਰੀਰ ਕਰਕੇ ਜਾਣਾ ਪੈਂਦਾ ਕਿਉਂਕਿ ਇਹ ਸਰੀਰ ਨਾਸ ਹੈ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਜੀ, ਜਿਸ ਵੇਲੇ ਉਹਨਾਂ ਨੇ ਆਪਣਾ ਅੰਤਮ ਸਮਾਂ ਜਾਣਿਆ ਨਾ, ਤੇ ਕਹਿਣ ਲੱਗੇ ਲਾਲ ਜੀ ਪੁੱਤਰ ਜੀ, ਜਿਸ ਵੇਲੇ ਮੈਂ ਚੜ੍ਹਾਈ ਕਰ ਜਾਵਾਂ ਤੇ ਮੇਰੇ ਸਰੀਰ ਨੂੰ ਅਗਨ ਭੇਟਾ ਨਹੀਂ ਕਰਨਾ। ਜਿਵੇਂ ਸਤਿਗੁਰੂ ਜੀ ਦੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਗਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਰੀਰ ਨੂੰ, ਉਸੇ ਤਰ੍ਹਾਂ ਅਸਾਂ ਦਾ ਜਿਹੜਾ ਸਰੀਰ ਹੈ ਉਹ ਵੀ ਤੁਸਾਂ ਨੇ ਜਲ ਪ੍ਰਵਾਹ ਕਰ ਸਭ ਬਚਨ ਆਉਂਦਾ ਹੈ। ਸਮਾਂ ਆਇਆ, ਪਰਮੇਸ਼ਰ ਦਾ ਹੁਕਮ ਲਾਗੂ ਹੋਇਆ। ਧੰਨ ਧੰਨ ਪੂਜਨੀਕ ਮਾਤਾ, ਸਤਿਕਾਰਯੋਗ ਮਾਤਾ, ਮਾਤਾ ਗੰਗਾ ਜੀ, ਜਿਸ ਵੇਲੇ ਗੁਰੂ ਪਿਆਰੇ ਵਿਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਅਕਾਲ ਪਰਮੇਸ਼ਰ ਦੇ ਚਰਨਾਂ ਵਿੱਚ ਯਾਦ ਕਰਦੇ ਹਨ ਤੇ ਗੁਰੂ ਪਿਆਰੇ ਸਰੀਰ ਦੀ ਤਿਆਰੀ ਕਰਕੇ ਤੇ ਵਿਆਸਾ ਦਰਿਆ ਦੇ ਕੰਢੇ ਬਾਬਾ ਬਕਾਲੀ ਦੇ ਨਾਲ ਵਿਆਸਾ ਦਰਿਆ ਦੇ ਕੰਢੇ ਤੇ ਗੁਰੂ ਪਿਆਰੇ ਮਾਤਾ ਜੀ ਦੇ ਸਰੀਰ ਨੂੰ ਲਿਆਂਦਾ ਗਿਆ। ਬਹੁਤ ਸਾਰੀਆਂ ਸਿੱਖ ਸੰਗਤਾਂ ਨਾਲ ਨੇ, ਗੁਰਬਾਣੀ ਦਾ ਜਾਪ ਹੋ ਰਿਹਾ ਤੇ ਜਿਸ ਵੇਲੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਨਾਲ ਕੁਝ ਮੁੰਗੀ ਸਿੱਖ ਸਤਿਗੁਰੂ ਜੀ ਦੇ ਮਾਤਾ ਜੀ ਦੇ ਸਰੀਰ ਨੂੰ ਜਲ ਪ੍ਰਵਾਹ ਕਰ ਰਹੇ ਨੇ ਨਾ, ਜਦੋਂ ਸਰੀਰ ਨੂੰ ਪਾਣੀ ਦੇ ਅੰਦਰ ਲਿਜਾਇਆ ਗਿਆ ਤੇ ਕੁਝ ਡੂੰਘੇ ਤੇ ਗਏ ਨੇ ਨਾ, ਤੇ ਉਸ ਵੇਲੇ ਫਿਰ ਮਾਤਾ ਜੀ ਦੇ ਸਰੀਰ ਨੂੰ ਛੱਡਣ ਤੋਂ ਪਹਿਲਾਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਰਹਿਣ ਲੱਗੇ, ਜਿਹਦੇ ਨਾਲ ਸੰਤ ਜਿਨ੍ਹਾਂ ਨੇ ਮਾਤਾ ਜੀ ਦੇ ਸਰੀਰ ਨੂੰ ਅਰਥੀ ਨੂੰ ਪਕੜ ਰੱਖਿਆ ਸੀ, ਸਤਿਗੁਰੂ ਜੀ ਕਹਿਣ ਲੱਗੇ ਸਿੱਖੋ ਥੋੜ੍ਹਾ ਰੁਕ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਹੋ ਗਏ। ਸਭ ਤੋਂ ਪਹਿਲਾਂ ਮਾਤਾ ਜੀ ਦੇ ਚਿਹਰੇ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਬੜੇ ਪਿਆਰ ਦੇ ਨਾਲ ਆਪਣੀ ਮਾਤਾ ਜੀ ਦਾ ਮੱਥਾ ਚੁੰਮਣਾ ਕੀਤਾ। ਉਸ ਤੋਂ ਬਾਅਦ ਜਿਸ ਵੇਲੇ ਮਾਤਾ ਜੀ ਦੇ ਪੈਰਾਂ ਵੱਲ ਆਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮਾਤਾ ਜੀ ਦੇ ਪੈਰਾਂ ਨੂੰ ਚੁੰਮਣਾ ਕੀਤਾ, ਨਮਸਕਾਰ ਕੀਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੈਰਾਗਤਾ ਦੇ ਹੰਝੂ ਆ ਗਏ ਕਰਕੇ ਛੱਡ ਦਿੱਤਾ ਗਿਆ ਜਲ ਦੇ ਵਿੱਚ। ਜਲ ਦੇ ਵਿੱਚ ਜਦੋਂ ਸਰੀਰ ਛੱਡਿਆ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਏ
ਉਹਨਾਂ ਹੰਝੂਆਂ ਦੇ ਨਾਲ ਸਤਿਗੁਰੂ ਜੀ ਦਾ ਦਰਬਾਰ ਵਿੱਚ ਵੀ ਕੋਲ ਖਲੋਤੇ ਹੋਏ ਸਿੱਖ ਸੰਗਤਾਂ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਤੁਸੀਂ ਆਪ ਵੀ ਤਾਂ ਕਹਿੰਦੇ ਹੋ ਕਿ ਭਾਣਾ ਮੰਨਣਾ ਚਾਹੀਦਾ, ਰੋਣਾ ਨਹੀਂ ਚਾਹੀਦਾ, ਤੁਸਾਂ ਦੇ ਹੰਝੂ ਦੇਖ ਕੇ ਤੁਸਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਵਗਦਾ ਹੋਇਆ ਦੇਖ ਕੇ ਕਈ ਸਿੱਖ ਸੰਗਤਾਂ ਦੇ ਅੰਦਰ ਸਵਾਲ ਪੈਦਾ ਹੁੰਦੇ ਨੇ। ਸੱਚੇ ਪਾਤਸ਼ਾਹ ਜੀ, ਤੁਸੀਂ ਤਾਂ ਕਹਿੰਦੇ ਹੋ ਬੈਰਾਗ ਨਹੀਂ ਕਰਨਾ ਚਾਹੀਦਾ, ਭਾਣਾ ਮੰਨਣਾ ਚਾਹੀਦਾ, ਫਿਰ ਤੁਸਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨੇ, ਇਹ ਕੀ ਕਾਰਨ ਹੈ? ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਕਹਿਣ ਲੱਗੇ, ਇਹ ਗੁਰਮੁਖ ਪਿਆਰਿਓ, ਇਹ ਜਿਹੜੇ ਹੰਝੂ ਨੇ ਨਾ, ਇਹ ਹੰਝੂ ਕੋਈ ਆਮ ਰੋਣੇ ਦੇ ਨਹੀਂ ਹਨ, ਇਹ ਕੋਈ ਵੈਰਾਗਤਾ ਦੇ ਹੰਝੂ ਨਹੀਂ ਹਨ, ਇਹ ਸਾਡੀ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਅਸਾਂ ਤੇ ਇੱਕ ਪਾਏ ਪ੍ਰਕਾਰ ਕਰੋ, ਅਸਾਂ ਨੂੰ ਅਸੀਸ ਦਿਓ, ਤੇ ਜਿਸ ਵੇਲੇ ਮਾਤਾ ਜੀ ਨੇ ਸਾਡੇ ਤੇ ਪ੍ਰਸੰਨ ਹੋ ਕੇ ਸਾਨੂੰ ਅਸੀਸ ਦਿੱਤੀ, ਫਿਰ ਤੁਸਾਂ ਦੇ ਘਰ ਪੁੱਤਰ ਹੋ ਜਾਵੇ, ਤੇ ਜਿਸ ਵੇਲੇ ਮਾਤਾ ਜੀ ਨੇ ਅਸੀਸ ਦਿੱਤੀ, ਅਸਾਂ ਨੇ ਬੇਨਤੀ ਕੀਤੀ, ਮਾਤਾ ਜੀ ਸਾਨੂੰ ਕੁਝ ਅਸੀਸ ਵੱਡੀ ਦਿਓ, ਖੁੱਲੇ ਦਿਲ ਨਾਲ ਵੱਡੀ ਅਸੀਸ ਦਿਓ, ਤੇ ਮਾਤਾ ਜੀ ਕਹਿੰਦੇ, ਲਾਲ ਜੀ ਤੁਹਾਡੇ ਘਰ ਦੇ ਵਿੱਚ ਦੋ ਪੁੱਤਰ ਹੋ ਜਾਣ। ਫਿਰ ਅਸਾਂ ਨੇ ਕਿਹਾ, ਮਾਤਾ ਜੀ ਸਾਡੇ ਤੇ ਹੋਰ ਕਿਰਪਾ ਕਰੋ, ਵੱਡੀ ਅਸੀਸ ਦਿਓ, ਬਹੁਤ ਵੱਡੀ ਸਾਰੀ ਅਸੀਸ ਦਿਓ। ਤਾਂ ਉਸ ਵੇਲੇ ਮਾਤਾ ਜੀ ਕਹਿਣ ਲੱਗੇ, ਲਾਲ ਜੀ ਤੁਹਾਡੇ ਘਰ ਦੇ ਵਿੱਚ ਦੋ ਜੋੜਾ ਪੁੱਤਰ ਹੋ ਜਾਣ, ਯਾਨੀ ਕਿ ਚਾਰ ਪੁੱਤਰ ਹੋ ਜਾਣ। ਅਸਾਂ ਨੇ ਫਿਰ ਬੇਨਤੀ ਕੀਤੀ, ਮਾਤਾ ਜੀ ਅਜੇ ਵੀ ਗੱਲ ਨਹੀਂ ਬਣੀ, ਕਿਰਪਾ ਕਰ ਦਿਓ, ਅਸੀਸ ਫਿਰ ਹੋਰ ਦਿਓ। ਮਾਤਾ ਜੀ ਨੇ ਮੁੱਖ ਚ ਬਚਨ ਕੀਤਾ, ਪੁੱਤਰ ਤੁਹਾਡੇ ਘਰ ਦੇ ਵਿੱਚ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਜ ਪੁੱਤਰ ਹੋ ਜਾਣ। ਤੇ ਅਸਾਂ ਨੇ ਫਿਰ ਬੇਨਤੀ ਕੀਤੀ, ਮਾਤਾ ਜੀ ਤੁਸਾਂ ਨੇ ਸਾਨੂੰ ਪੰਜ ਪੁੱਤਰ ਤਾਂ ਦੇ ਦਿੱਤੇ ਨੇ, ਪਰ ਝੋਲੀ ਅਜੇ ਵੀ ਸਾਡੀ ਖਾਲੀ ਹੈ, ਝੋਲੀ ਅਜੇ ਵੀ ਅਸਾਂ ਦੀ ਖਾਲੀ ਹੈ। ਮਾਤਾ ਜੀ ਹੁਣ ਵੱਡੀ ਸਾਰੀ ਅਸੀਸ ਦਿਓ। ਤੇ ਮਾਤਾ ਜੀ ਪੁੱਛਣ ਲੱਗੇ, ਪੁੱਤਰ ਕਿੱਡੀ ਅਸੀਸ ਲੈਣੀ ਹੈ? ਤੇ ਅਸਾਂ ਨੇ ਮਾਤਾ ਜੀ ਨੂੰ ਕਿਹਾ, ਮਾਤਾ ਜੀ ਤੁਸਾਂ ਨੇ ਪੰਜ ਪੁੱਤਰਾਂ ਦੀ ਅਸੀਸ ਦੇ ਦਿੱਤੀ ਹੈ, ਹੁਣ ਇੱਕ ਧੀ ਦੀ ਵੀ ਅਸੀਸ ਸਾਡੀ ਝੋਲੀ ਦੇ ਵਿੱਚ ਪਾ ਦਿਓ, ਕਿਉਂਕਿ ਜਿੰਨਾ ਚਿਰ ਘਰ ਦੇ ਵਿੱਚ ਧੀ ਨਾ ਤਾਂ ਹੋਵੇ, ਉਹਨਾਂ ਚਿਰ ਧੀ ਖਾਲੀ ਹੈ, ਘਰ ਜਿਹੜਾ ਖਾਲੀ ਜਾਪਦਾ ਹੈ, ਉਹਨਾਂ ਚਿਰ ਘਰ ਜਿਹੜਾ ਸੁੰਨਾ ਸੁੰਨਾ ਜਾਪਦਾ। ਤੇ ਅਸਾਂ ਨੇ ਮਾਤਾ ਜੀ ਨੂੰ ਬੇਨਤੀ ਕੀਤੀ, ਤੇ ਮਾਤਾ ਜੀ ਨੇ ਸਾਡੇ ਤੇ ਦਇਆ ਕਰਕੇ ਸਾਡੇ ਤੇ ਇਹ ਵੀ ਪਾਇਓ ਉਪਕਾਰ ਕੀਤਾ, ਉਹਨਾਂ ਨੇ ਸਾਨੂੰ ਧੀ ਵੀ ਅਸੀਸ ਦਿੱਤੀ, ਤੇ ਧੀ ਪ੍ਰਾਪਤ ਹੋਣ ਦੇ ਨਾਲ ਸਾਡੀ ਝੋਲੀ ਸੀ ਜਿਹੜੀ ਉਹ ਭਰ ਗਈ। ਸੋ ਇਹਨਾਂ ਪਾਰੇ ਉਪਕਾਰਾਂ ਨੂੰ ਚੇਤੇ ਕਰਕੇ, ਇਹਨਾਂ ਪਾਰੇ ਉਪਕਾਰਾਂ ਨੂੰ ਚੇਤੇ ਕਰਕੇ ਵੈਰਾਗਤਾ ਦੇ ਹੰਝੂ ਆਏ ਨੇ,
ਇਹ ਹੰਝੂ ਜੁੜੇ ਆ ਤੇ ਗੁਰੂ ਪਿਆਰੇ ਹੋ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਾਤਾ ਜੀ ਨੇ ਅਕਾਲ ਪੁਰਖ ਪਰਮੇਸ਼ਰ ਦੀ ਦਇਆ ਤੇ ਸਦਕਾ ਜੋ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ਉਹ ਆਪਾਂ ਦੇ ਹੀ ਰਹੇ ਹਾਂ ਤੇ ਗੁਰੂ ਪਿਆਰੇ ਸਤਿਗੁਰ ਦੀ ਕਿਰਪਾ ਕਰਨ ਮੇਰਾ ਦਾ ਹੱਥ ਰੱਖਣ ਉਸ ਵਿਚਲੀ ਰਿਓ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿਛਲੇ ਪਰਿਵਾਰ ਨੂੰ ਸਤਿਗੁਰ ਜੀ ਪਾਣਾ ਮਿੱਠਾ ਕੱਟ ਕੇ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਸਾਰੀਆਂ ਸੰਗਤਾਂ ਜੁੜ ਕੇ ਹਾਜ਼ਰੀਆਂ ਲਵਾ ਦਿਓ, ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ ਲਿਓ, ਸਤਿਗੁਰ ਜੀ ਕਿਰਪਾ ਕਰਨ। ਜਿਸੇ ਤਰ੍ਹਾਂ ਪਰਿਵਾਰ ਨੂੰ ਬੋਲਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰ ਜੀ ਕਿਰਪਾ ਕਰਨ ਬਖਸ਼ੰਤ ਪਿਤਾ ਜੀ ਬਖਸ਼ਾਂ ਨੇ। ਆਓ ਸਾਰੀਆਂ ਸੰਗਤਾਂ ਦੇ ਰਲ ਕੇ ਅਰਦਾਸ ਕਰਨੀਆਂ, ਦੇਵੋ ਸੱਜਣ ਆਸੀਸਰੀਆਂ ਜੋ ਹੋਵੇ ਸਾਹਿਬ ਸੁਮੇਲ। ਆਓ ਹੁਣ ਅਨੰਦ ਸਾਹਿਬ ਦੇ ਪਾਠ ਅਰਦਾਸ ਬੇਨਤੀ ਵਿੱਚ ਸ਼ਾਮਲ ਹੋ ਕੇ ਪੂਰੀਆਂ ਅਸੀਸਾਂ ਪ੍ਰਾਪਤ ਕਰੀਏ। ਸਤਿ ਨਾਮ ਯਾਦ ਆਲ ਮੇਰਾ ਦਿਲ ਭੁੱਖਾ ਸਤਿ ਗੁਰਾਂ ਪਰਸ਼ਾਂ ਸੁਨਾਇਆ।
ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰਨ
ਗੁਰਾਂ ਸਤਿਕਾਰਯੋਗ ਮਾਤਾ ਅਮਰ ਕੌਰ ਜੀ ਜਿਤਨੇ ਕੁ ਸਵਾਸਾਂ ਦੀ ਪੂੰਜੀ ਦੇ ਕੇ ਉਹਨਾਂ ਨੂੰ ਸੰਸਾਰ ਦੇ ਵਿੱਚ ਭੇਜਿਆ, ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹਾਂ, ਸੰਸਾਰਿਕ ਯਾਤਰਾ ਕਰਦੇ ਹਾਂ, ਹੋਈਆਂ ਪਾਤਸ਼ਾਹ ਜੀ ਪਿਛਲੇ ਕੁਝ ਰੋਜ਼ਾਂ ਤੋਂ ਆਪਣੇ ਘਰ ਪਰਿਵਾਰ ਨੂੰ ਸਰੀਰ ਕਾਲ ਦੀ ਵਿਛੋੜਾ ਦੇ ਕੇ ਪਾਤਸ਼ਾਹ ਜੀ ਪਾਸ ਗ੍ਰਹਿਣ ਕਰਕੇ ਸੰਪੂਰਨ ਨਿਮਿਤ ਅੰਤਮਿਕ ਅਰਦਾਸ ਮੌਕਾ ਰੱਖਿਆ, ਹੋਇਆਂ ਪਾਤਸ਼ਾਹ ਜੀ ਗੁਰੂ ਘਰ ਦੇ ਵਿੱਚ ਬੈਰਾਗ ਦੇ ਸ਼ਬਦ ਕੀਰਤਨ ਹੋਏ ਵਜੋਂ ਵਿਚਾਰਾਂ ਹੋਈਆਂ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸੁੱਚੀ ਸੇਵਾ ਨਿਭਾਉਂਦੇ ਹਾਂ। ਪਾਤਸ਼ਾਹ ਜੀ ਉਹ ਨੇਕਾਂ ਭੁੱਲਾਂ ਉਪਾਧੀਆਂ ਹੋ ਜਾਂਦੀਆਂ ਨੇ, ਪੰਜਾਬ ਦੇ ਮਾਫ ਕਰਨਾ ਅੱਗੇ ਉਹ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦਾ ਮਰਿਆਦਾ ਸੇਵਾ ਨਿਭਾਉਣ ਦਾ ਆਪਣੇ ਬੱਚਿਆਂ ਨੂੰ ਗੱਲ ਪੁੱਛਣਾ ਬੜੀ ਸੁਣੀ ਹੋਈ ਬਾਣੀ ਸੇਵਾ ਸੋਧ ਕੇ ਸੱਚ ਕੰਡ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਦਾ ਸੇਵਾ ਦਾ ਕੁਛ ਭਾਵ ਸਮੁੱਚੇ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣਾ, ਕਿਰਪਾ ਕਰਕੇ ਗੁਰਬਾਣੀ ਦਾ ਕੁਛ ਭਾਵ ਸਮੁੱਚੇ ਰੂਹ ਨੂੰ ਪਹੁੰਚਾਉਣਾ, ਚਰਨਾਂ ਵਿੱਚ ਨਿਵਾਸ ਪਹੁੰਚਣਾ, 84 ਦੇ ਗੇਟ ਤੋਂ ਜਾ ਕੇ ਰੱਖਣਾ, ਆਵਾਗਮਨ ਦੇ ਚੱਕਰ ਤੋਂ ਜਾ ਕੇ ਰੱਖਣਾ, ਪਾਤਸ਼ਾਹ ਜੀ ਉਹਨਾਂ ਤੋਂ ਜਾ ਕੇ ਆਪਣੇ ਚਰਨਾਂ ਪੜਨਾ ਦੀ ਪ੍ਰੀਤ ਆਸਰਾ ਕੋਸ਼ਿਸ਼ ਕਰਕੇ ਵਜਣਾ, ਪਰਿਵਾਰ ਨੂੰ ਭਾਣਾ ਕਿਰਪਾ ਕਰਕੇ ਮੰਨਣ ਦਾ ਬਾਅਦ ਕੋਸ਼ਿਸ਼ ਕਰਨਾ, ਪਾਤਸ਼ਾਹ ਮਹਾਰਾਜ ਪਰਿਵਾਰ ਵੱਲੋਂ ਸ਼ਰਧਾ ਦੇ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ, ਸੇਵਾ ਸਫਲੀ ਕਰਨੀ, ਅੰਗ ਸੰਗ ਹੋ ਕੇ ਸਹਿਜਾ ਕਰਨੀ, ਸਾਰਾ ਬਾਣੀ ਦੇ ਬਾਣੀ ਦੇ ਨਾਲ ਜੋੜ ਕੇ ਰੱਖਣਾ, ਪਾਤਸ਼ਾਹ ਜੀ ਕਿਰਪਾ ਕਰਨੀ, ਬੱਚੇ ਬੱਚੀਆਂ ਦੇ ਸੀਸ ਤੇ ਮੇਲਾ ਦਾ ਰੱਖਣਾ, ਦੇਸ਼ਾਂ ਵਿਦੇਸ਼ਾਂ ਤਰੱਕੀ ਹੋਸ਼ਨੀ ਚੜ੍ਹਦੀਆਂ ਕਲਾਂ ਪਰਿਵਾਰ ਏਕਤਾ, ਪਾਤਸ਼ਾਹ ਜੀ ਪਰਿਵਾਰਕ ਸਾਂਝ ਬਣਾ ਕੇ ਰੱਖਣੀ, ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨੀ, ਮਾਤਾ ਜੀ ਦੀ ਪਰਿਵਾਰੀ ਨੂੰ ਦਿਲ ਦੁਗਣੀ ਰਾਤ ਦੁਗਣੀ ਤਰੱਕੀ ਦਾ ਬਲ ਕੋਸ਼ਿਸ਼ ਕਰਨਾ, ਅੰਗ ਸੰਗ ਸਹਿਤਾ ਘਰ ਪਰਿਵਾਰ ਵਿੱਚੋਂ ਦੁੱਖਾਂ ਕਲੇਸ਼ਾਂ ਦਾ ਨਾਮ ਸੁੱਖਾਂ ਦਾ ਪ੍ਰਕਾਸ਼ ਕਰਨਾ, ਗੁਰੂ ਘਰ ਦੇ ਨਾਲ ਜੋੜ ਕੇ ਕਿਰਪਾ ਸ਼ਰਧਾ ਭਰੇ ਭਾਵਨਾ ਅਤੇ ਭਰੋਸੇ ਦੀਆਂ ਦਾਤਾਂ ਬਣਾ ਕੇ ਰੱਖਣੀਆਂ, ਨੂੰ ਸੰਗ ਹੋ ਕੇ ਸਹਾਇਤਾ ਕਰਨੀ, ਪਾਤਸ਼ਾਹ ਜੀ ਦਾ ਸਮੁੱਖ ਰੱਖਦੇ ਹਾਂ, ਬੜਾ ਪ੍ਰਸ਼ਾਦ ਦੀ ਦੇਖ ਹਾਲ ਹੈ, ਦਰ ਦੇ ਪ੍ਰਵਾਨ ਕਰੋ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੇ ਆ ਗਿਆ, ਜੋ ਸ਼ਕੇ ਸੁਆਬ ਜੀ ਦਾ ਜਨਾਬ ਸਤਨਾਮ ਸ੍ਰੀ ਵਾਹਿਗੁਰੂ, ਜੋ ਮਾਈ ਭਾਈ ਮਾਤਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਜੁੜੇ ਹਨ, ਸਭ ਦੀ ਅਰਦਾਸ ਹੈ, ਦੇਹੋ ਸੱਜਣ ਅਸਿਛੜੀਆਂ ਜੋ ਹੋਵੇ ਸਾਹਿਬ ਸੁਮੇਲ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਤੇਰਾ ਦੇ ਹੁਕਮ ਸਾਰ ਸੰਸਾਰ ਯਾਤਰਾ ਕਰਦੀਆਂ, ਮਾਤਾ ਜੀ ਕੋਲੋਂ ਜਾਣੇ ਅਣਜਾਣੇ ਭੁੱਲਾਂ ਹੋ ਜਾਂਦੀਆਂ ਨੇ, ਪਾਤਸ਼ਾਹ ਜੀ ਭੁੱਲਾਂ ਨਾ ਕਿਤਾਬੀਆਂ ਹੋਈਆਂ, ਪਾਤਸ਼ਾਹ ਜੀ ਬਖਸ਼ਾਂ ਕਰਤਾ ਜੀ ਬਖਸ਼ ਲੈਣਾ, ਪਿਛਲੇ ਔਗਣ ਵਕਤ ਰਹੇ ਹੁਕਮ ਅਨੁਸਾਰ ਪਾਤਸ਼ਾਹ ਜੀ ਔਗਣਾਂ ਨੂੰ ਨਾ ਕਿਤਾਬੀਆਂ ਹੋਈਆਂ, ਆਪਣੇ ਚਰਨਾਂ ਵਿੱਚ ਨਿਵਾਸ ਦੇਣਾ, ਆਪਣੇ ਚਰਨਾਂ ਨਾਲ ਉੱਠ ਕੇ ਰੱਖਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ, ਹਾਜ਼ਰੀਆਂ ਪ੍ਰਵਾਨ ਸੰਗਤ ਦੀ ਹਾਜ਼ਰੀ ਦੇ ਕੇ ਵਿਚਾਰੋ, ਸਭਨਾਂ ਨੂੰ ਅਸੀਸ ਬਖਸ਼ੋ, ਨਾਮ ਦੇ ਬਾਣੀ ਦੀਆਂ ਦਾਤਾਂ ਬਖਸ਼ੋ, ਫੁੱਲਾਂ ਚੁੱਕਾਂ ਦੇ ਗੁਣਾਂ ਆਦਿ ਹੁਕਮਾਂ ਬਖਸ਼ੋ, ਅਸੀਸ ਬਖਸ਼ੋ, ਹੁਕਮ ਦੇ ਚੱਲਣ ਦਾ ਬਲ ਬਖਸ਼ੋ, ਆਪ ਜੀ ਕੇ ਦਰ ਤੇ ਆਵੇ, ਰਾਜ ਜੀ ਤੇ ਖੁਸ਼ੀ ਜਾਵੇ, ਸੁਖ ਹੋਵੇ, ਨਾਮ ਸੁਖੀ ਆਵੇ, ਨਾਨਕ ਨਾਮ ਕਰਸੇ ਮੰਦੇ।
ਗੁਰਬਾਣੀ ਦਾ ਪ੍ਰਵਾਨ ਹੈ
ਕੱਲੇ ਰਾਮੇ ਨਾਨਕਾ ਸਿੱਧੀ ਉੱਠੀ ਜਾਏ ਮਾਤਨਕ ਆਏ ਮੰਡਲ ਮੈਂ ਆਏ ਅਤੇ ਮਹਾਂਭਾਰਤ ਅਨੁਸਾਰ ਕੁਝ ਦਿਨ ਪਹਿਲਾਂ ਮਾਤਾ ਅਮਰ ਕੌਰ ਜੀ ਪਤਨੀ ਸਵਰਗਵਾਸੀ ਸਰਦਾਰ ਸੁਰਜੀਤ ਸਿੰਘ ਜੀ ਸਮੁੱਚੇ ਪਰਿਵਾਰ ਨੂੰ ਆਪਾਂ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਗੁਰੂ ਚਰਨਾਂ ਜਾਪ ਰਾਜੇ ਸਨ ਜਿਹਨਾਂ ਦੀ ਆਤਮ ਸ਼ਾਂਤੀ ਦੇ ਲਈ ਰੂਹ ਕਲਿਆਣਤਾ ਲਈ ਸਮੁੱਚੇ ਪਰਿਵਾਰ ਸਰਦਾਰ ਗੁਰਲਾਲ ਸਿੰਘ ਜੀ ਸਰਦਾਰ ਬਲਿਹਾਰ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਭਾਗ ਜੀ ਦੇ ਭੋਗ ਪਾਏ ਗਏ ਉਪਰੰਤ ਗੁਰੂ ਦਰਬਾਰ ਹਾਜ਼ਰ ਹੋ ਕੇ ਗਿਆਨੀ ਨਿਰਮਲ ਸਿੰਘ ਜੀ ਉਹਨਾਂ ਨੇ ਬੈਰਾਗਮਈ ਕਥਾ ਕੀਰਤਨ ਸੁਣਾ ਕੇ ਸੰਤਾਂ ਨੂੰ ਨਿਹਾਲ ਕੀਤਾ ਉਪਰੰਤ ਅੰਤਮ ਅਰਦਾਸ ਹੋਈ ਹੈ ਗੁਰੂ ਮਹਾਰਾਜ ਅੱਗੇ ਪ੍ਰਵਾਨ ਹੋਵੇ ਸੋ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਿੱਛੇ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਵਰ ਬਖਸ਼ਣ ਜਿੱਥੋਂ ਤੱਕ ਮਾਤਾ ਜੀ ਵੱਲ ਦਾ ਸੰਬੰਧ ਹੈ ਬਹੁਤ ਵਧੀਆ ਆਪਣਾ ਜੀਵਨ ਜਿਹੜਾ ਹੈਗਾ ਬਤੀਤ ਕੀਤਾ ਸੰਘਰਸ਼ਮਈ ਜੀਵਨ ਬਤੀਤ ਕੀਤਾ ਕਿਉਂਕਿ ਸਮੁੱਚੇ ਪਰਿਵਾਰ ਦੀ ਜ਼ਿੰਮੇਵਾਰੀ ਮਾਤਾ ਅਮਰ ਕੌਰ ਜੀ ਨੇ ਬਹੁਤ ਬਾਖੂਬੀ ਨਿਭਾਈ ਹੈ ਕਿਉਂਕਿ ਜਦੋਂ ਬੰਦਾ ਦੁਨੀਆ ਕੋਲ ਜਾਂਦਾ ਹੈ ਅਤੇ ਉਸਦੇ ਜੋ ਲੇਖਾ ਜੋਗਾ ਹੁੰਦਾ ਹੈ ਅੰਤਮ ਅਰਦਾਸ ਦੇ ਜੋ ਵਕਤ ਹੁੰਦਾ ਹੈ ਉਸ ਨੂੰ ਦੇਖ ਕੇ ਬੰਦੇ ਦੀ ਪ੍ਰਾਣੀ ਦੀ ਕੀਤੀ ਹੋਈ ਕਮਾਈ ਜਿਹੜੀ ਹੈ ਲੋਕਾਂ ਸਾਹਮਣੇ ਆਉਂਦੀ ਹੈ ਸੋ ਸਮੁੱਚਾ ਕੱਟ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਮਾਤਾ ਜੀ ਉਹਨਾਂ ਦਾ ਜੀਵਨ ਜੋ ਸਫਲ ਸੀ ਉਹਨਾਂ ਨੇ ਬਹੁਤ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਬਹੁਤ ਵਧੀਆ ਉੱਚੀ ਵਿੱਦਿਆ ਤਾਲੀਮ ਦੇ ਕਰਕੇ ਇਸ ਲਾਇਕ ਬਣਾਇਆ ਕਿ ਅੱਜ ਇਸ ਪਰਿਵਾਰ ਦਾ ਸਮਾਜ ਵਿੱਚ ਬਹੁਤ ਵੱਡਾ ਸਮਾਜ ਵਿੱਚ ਸਥਾਨ ਹੈ ਸੋ ਪਰਿਵਾਰ ਦਾ ਜੋ ਪਿੱਛੋਂ ਮਾਤਾ ਜੀ ਉਹਨਾਂ ਦੀ ਪਰਵਾੜੀ ਹੈ ਉਸਦੇ ਵਿੱਚ ਉਹਨਾਂ ਦੇ ਸਪੁੱਤਰ ਗੁਰਲਾਲ ਸਿੰਘ ਜੀ ਬਲਿਹਾਰ ਸਿੰਘ ਜੀ ਪੋਤਰੀ ਮਨਕੌਰ ਸਿੰਘ ਸੁਖਬੀਰ ਸਿੰਘ ਪੋਤਰੀ ਮਨਵੀਰ ਕੌਰ ਅਤੇ ਬੀਬੀਆਂ ਬੀਬੀਆਂ ਬੇਟੀਆਂ ਸਵਰਗਵਾਸੀ ਚਰਨਜੀਤ ਕੌਰ ਬੀਬੀ ਪਰਮਜੀਤ ਕੌਰ ਬਲਜੀਤ ਕੌਰ ਆਸਟ੍ਰੇਲੀਆ ਇਹ ਸਮੁੱਚਾ ਪਰਿਵਾਰ ਬਹੁਤ ਤਰੱਕੀਆਂ ਕਰ ਰਿਹਾ ਹੈ ਕਿਉਂਕਿ ਜੋ ਪਰਿਵਾਰ ਹੈ ਇਹ ਜੇ ਬਲਿਹਾਰ ਸਿੰਘ ਹੋਈ ਗੁਰਲਾਲ ਸਿੰਘ ਹੋਈ ਸਮਾਜ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਤਾਂ ਇਹ ਮਾਤਾ ਦੀ ਸਿੱਖਿਆ ਲਈ ਜੋ ਕਾਰਨ ਇਹ ਸਮਾਜ ਵਿੱਚ ਵਧੀਆ ਸਥਾਨ ਹੈ ਸੋ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਅਤੇ ਲੀਡਰ ਸਾਹਿਬਾਨ ਆਏ ਨੇ ਸੋ ਸਾਰਿਆਂ ਦਾ ਧੰਨਵਾਦ ਹੈ ਅਤੇ ਮੈਂ ਬੇਨਤੀ ਕਰਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ ਜਥੇਬੰਦੀ ਵੱਲੋਂ ਸ਼ਰਧਾ ਅਤੇ ਸਤਿਕਾਰ ਭੇਟ ਕਰਵਾਏ ਨੇ ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਮੇਂ ਦੇ ਇੰਤਜ਼ਾਰ ਨੂੰ ਸਮਝਦੇ ਹੋਏ ਫਿਰ ਦੋ ਮਿੰਟ ਲਈ ਆਉਣਗੇ ਅਤੇ ਜਥੇਬੰਦੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਗੇ ਸਰਦਾਰ ਕਰਨੈਲ ਸਿੰਘ ਜੀ ਲੰਗ ਜੋਗੋ ਰੂਪਾ ਦਲ ਦਸੇ ਗੁਰੂਆਂ ਦੀ ਜੋਤ ਗਿਆਨ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੋਮਈ ਗੁਰਬੈਜੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਅਮਰ ਕੌਰ ਜੀ, ਜੋ ਮਹਾਰਾਜ ਦੇ ਸੰਸਾਰ ਦੀ ਕੁੰਜੀ ਰੱਖਿਆ ਕੇ ਲੈ ਕੇ ਆਏ ਸੀ, ਉਹਨੂੰ ਖਤਮੇ ਹੋਏ ਪੂਰੇ ਕਰਦੇ ਹੋਏ ਗੁਰੂ ਦੇ ਚਰਨਾਂ ਵਿੱਚ ਜਾ ਰਹੇ ਜਾਣਾ ਕਿ ਉਹ ਸਾਹਮਣੇ ਰਹਿਣਾ ਕਿਸੇ ਨੇ ਵੀ ਨਹੀਂ, ਕੋਈ ਦੋ ਦਿਨ ਦੇਵਤਾ ਕੋਈ ਦੋ ਦਿਨ ਪਛੇਤਾ, ਜਿਹੜੇ ਬਾਬਾ ਲਿਖਾਏ ਮੰਗਲ ਨੇ ਆਏ, ਜੋ ਆਇਆ ਸੋ ਚੱਲ ਸੀ, ਸਭ ਤੋਂ ਆਈ ਵਾਰੀ ਹੈ, ਆਪੋ ਆਪਣੀ ਵਾਰੀ ਦੇ ਨਾਲ ਸਭ ਨੇ ਕਰਿਆ ਜਾਣਾ ਹੈ। ਮੈਂ ਇੱਕ ਇੱਕ ਸਮਾਂ ਯਾਦ ਨਹੀਂ ਕਰਦਾ, ਮਾਤਾ ਜੀ ਦੀ ਜੋ ਜੀਵਨੀ ਬਾਰੇ ਮੈਨੂੰ ਬੱਚਿਆਂ ਕੋਲ ਪਤਾ ਲੱਗਿਆ ਵੀ ਮਾਤਾ ਜੀ ਨੇ ਜਿੱਥੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰੀ ਹੈ, ਬੱਚੇ ਲੈ ਕੇ ਬਣਾਏ ਨੇ, ਪੜ੍ਹਾਏ ਤੇ ਲਿਖਾਏ ਨੇ, ਉੱਥੇ ਮਾਤਾ ਜੀ ਨੇ ਜੋ ਤਿੰਨ ਕਾਲੇ ਕਰਵਾਉਣਾ ਮੋਦੀ ਜੀ ਨੇ ਆਪਣੇ ਤੋਂ ਥੋਪੇ ਦੀ, ਉਹ ਮੋਰਚੇ ਦੇ ਵਿੱਚ ਵੀ ਮਾਤਾ ਜੀ ਨੇ ਪਿੰਡਲੇ ਬੱਚੇ ਬੱਚੀਆਂ ਨੂੰ ਪ੍ਰੇਰ ਕੇ ਉਹ ਮੋਰਚੇ ਦੇ ਵਿੱਚ ਵੀ ਉਹ ਖੁੱਲੇ ਨੇ ਲਵੇ ਲਾਉਂਦੇ ਗਏ ਨੇ। ਵੈਸੇ ਤਾਂ ਨਗਰ ਸਾਰਾ ਸਲਾਹਕਾਰ ਹੋ ਗਿਆ, ਜੋ ਬਰਾਹ ਜਿਹੜੇ ਗੱਲੀ ਦੇ ਸਾਡੇ ਭਾਂਡਿਆਂ ਵੀ ਲੱਗ ਰਹੇ ਨੇ, ਸਰਦਾਰ ਮੱਖਣ ਸਿੰਘ ਜੀ, ਸਾਰੀ ਟੀਮਾਂ ਦੇ ਵਿੱਚ ਸਰਗਰਮ ਹੈ, ਪਰ ਮਾਤਾ ਜੀ ਸਾਨੂੰ ਬਹੁਤ ਮਹਿਲ ਦੇ ਕੇ ਗਏ ਨੇ ਆਪਣੇ ਪਰਿਵਾਰ ਦੇ ਵਿੱਚੋਂ। ਇਹ ਮੇਰੀਆਂ ਧੀਆਂ ਬੈਠੀਆਂ ਨੇ ਕਿਲੇ ਝੋਕਿਆ ਗਈਆਂ, ਇੱਕ ਭਤੀਜ ਨੂੰ ਇੱਕ ਦੋਤੀ, ਜਿਹੜੀਆਂ ਨੇ ਪਿੰਡ ਚ ਨਹੀਂ ਬਲਾ ਦਿੱਤੇਗੀ, ਜਿਹੜੇ ਚੰਗੇ ਸੂਬੇ ਤੱਕ ਮਾਈ ਭਾਗੋ ਦੀਆਂ ਵਾਪਸਾਂ ਬਣ ਕੇ ਉਹ ਮੇਰੀਆਂ ਮਾਵਾਂ ਭੈਣਾਂ ਨੂੰ ਜਗਾ ਕੇ ਦਿੱਲੀ ਲੋਕ ਦੇ ਵਿੱਚ ਜਿਹੜੀਆਂ ਦੇ ਕੇ ਗਈਆਂ ਨੇ, ਉਹ ਬਹੁਤ ਪਰਿਵਾਰ ਰਹੇ, ਇਹਦਾ ਸਿਹਰਾ ਹੈ ਸਾਡੀ ਮਾਤਾ ਜੀ ਨੂੰ ਜਾਂਦਾ ਹੈ ਅਤੇ ਜਿਹੜਾ ਬੱਚਿਆਂ ਨੂੰ ਪ੍ਰੇਰ ਕੇ, ਪਰ ਜਿਹੜਾ ਮਾਂ ਵਾਲਾ ਘੱਟ ਹੈ ਉਹ ਕਦੇ ਪੂਰਾ ਨਹੀਂ। ਕਿਸੇ ਕਵੀ ਨੇ ਲਿਖਿਆ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ, ਉਹ ਰੋਂਦਿਆਂ ਨੂੰ ਨਾ ਕੋਈ ਚੁੱਪ ਕਰਾਵੇ, ਹੋ ਲੈਂਦੇ ਨੇ ਚੁੱਪ ਤਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਹੈ ਮਾਂ। ਮੈਂ ਆਪਣੀ ਪਾਰਟੀ ਵੱਲੋਂ, ਗਰਾਹਾਂ ਦੇ ਨਿਗਮ ਦੀ ਵੱਲੋਂ, ਮੈਂ ਪਰਿਵਾਰ ਦੇ ਨਾਲ ਹਮੇਸ਼ਾ ਮੇਰਾ ਪਿਆਰ ਰਿਹਾ, ਆਪਣੇ ਵੱਲੋਂ ਸਰਦਾ ਦੇ ਸਤਿਕਾਰ ਭੇਟ ਕਰਦੇ ਨੇ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਣਾ, ਪਿੱਛੇ ਪਰਿਵਾਰ ਨੂੰ ਸਗੇ ਸਬੰਧੀਆਂ ਨੂੰ ਭਾਣਾ ਦਾ ਸਰਵਾਸ਼ਨ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ। ਮਾਤਾ ਅਮਰ ਕੌਰ ਜਿਨ੍ਹਾਂ ਦਾ ਜਨਮ ਅਜ਼ਮਪੁਰ ਪੇਕੇ ਪਰਿਵਾਰ ਹੈ, ਉਹ ਵੀ ਸੁੱਚਾ ਪਰਿਵਾਰ ਬੈਠਾ, ਅਤੇ ਪਰਿਵਾਰ ਵੱਲੋਂ ਮਾਤਾ ਜੀ ਦੇ ਨਿਮਿੱਤ ਸੇਵਾ ਧਾਰਮਿਕ ਸਥਾਨਾਂ ਗੁਰਦੁਆਰਾ ਬਾਬਾ ਸੰਤੋਖ ਸਿੰਘ ਜੀ, ਗੁਰਦੁਆਰਾ ਬਾਬਾ ਰਾਮ ਰਾਏ ਜੀ, ਭਗਤ ਰਵਿਦਾਸ ਜੀ ਭਾਈਚਾਰਾ ਗੁੱਗਾ ਮਾੜੀ, ਬਾਬਾ ਮਸਰਾਮ ਜੀ ਸ੍ਰੀ ਬਾਲਮੀਕ ਮੰਦਰ, ਬਾਬਾ ਮੋਤੀ ਰਾਮ ਮਹਿਰਾ ਜੀ ਕਮੇਟੀ,
ਗੁਰਬੀਰ ਸਿੰਘ ਹਸਨਪੁਰ ਪੇਕਾ ਪਰਿਵਾਰ ਮਾਤਾ ਜੀ ਉਹਨਾਂ ਵੱਲੋਂ ਗੁਰਦੁਆਰਾ ਬਾਬਾ ਸੰਤੋਖ ਸਿੰਘ ਦੇ ਵਾਸਤੇ ਸੇਵਾ ਭੇਜੀ ਹੈ, ਇਸ 'ਤੇ ਸਾਰਿਆਂ ਦਾ ਧੰਨਵਾਦ ਹੈ। ਅਤੇ ਨਾਲ ਹੀ ਵਿਸ਼ੇਸ਼ ਤੌਰ 'ਤੇ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਨੂੰ ਵੀ ਸੇਵਾ ਭੇਜੀ ਹੈ। ਸੋ ਜੋ ਕਮੇਟੀਆਂ ਇਹ ਆਪਣੀ ਜਿਹੜੀ ਸੇਵਾ ਹੈ ਅਤੇ ਬਾਅਦ ਪ੍ਰਾਪਤ ਕਰ ਲੈਣ। ਅਤੇ ਹੁਣ ਮੈਂ ਬੇਨਤੀ ਕਰੂੰਗਾ ਪਰਿਵਾਰ ਵੱਲੋਂ ਬੀਬੀ ਅਮਨਦੀਪ ਕੌਰ ਦੌਂਕਲਾਂ ਮਹਿਲਾ ਆਗੂ ਬੀ ਕੇ ਯੂ ਗ੍ਰਾਹਾਂ 'ਤੇ ਆਉਣਗੇ ਅਤੇ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ, ਦੋ ਸ਼ਬਦ ਬੋਲਣਗੇ ਬੀਬੀ ਅਮਨਦੀਪ ਕੌਰ। ਗੁਰਚਰਨਾਂ ਦੇ ਵਿੱਚ ਬੈਠੀ ਸਾਧ ਸੰਗਤ ਜੀ, ਅੱਜ ਦੁੱਖ ਦੀ ਘੜੀ ਦੇ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੀ ਦਿੱਤੀ ਫਤਿਹ ਦੀ ਪ੍ਰਵਾਨਗੀ ਨੂੰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਹੁਕਮ ਹੋਇਆ ਕਿ 2 ਮਿੰਟ ਦੇ ਦਾ ਸਮਾਂ ਸਭ ਦਾ ਧੰਨਵਾਦ ਕਰਨ ਦੇ ਲਈ ਕਿਹਾ ਗਿਆ। ਸੋ ਸਾਰੀ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ, ਸਾਡੇ ਸਾਰੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਦੁੱਖ ਦੀ ਘੜੀ ਦੇ ਵਿੱਚ ਸਮੇਂ ਤੋਂ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਨੇ। ਤੇ ਨਾਲ ਹੀ ਪਿੰਡ ਦੇ ਵਿੱਚ ਜਿੰਨੀਆਂ ਵੀ ਕਮੇਟੀਆਂ ਨੇ, ਬਾਬਾ ਬਾਲਮੀ ਕਮੇਟੀ, ਬਾਬਾ ਮੋਤੀ ਰਾਮ ਮਹਿਰਾ ਕਮੇਟੀ ਤੇ ਹੋਰ ਜਿੰਨੀਆਂ ਵੀ ਕਮੇਟੀਆਂ ਇੱਥੇ ਪਹੁੰਚੀਆਂ ਨੇ, ਸਮੁੱਚੀਆਂ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਆਗੂ ਸਾਹਿਬਾਨ ਇੱਥੇ ਜਿਹੜੇ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਇੱਥੇ ਸਤਿਕਾਰਯੋਗ ਸਰਪੰਚ ਸਾਹਿਬ, ਪੰਜ ਸਾਹਿਬਾਨ ਜਿੰਨੇ ਵੀ ਪਹੁੰਚੇ ਹੈ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿੰਨਾ ਸਮਾਂ ਸਾਡੇ ਮਾਤਾ ਜੀ ਨੂੰ ਜਥੇਬੰਦੀ ਦੇ ਵਿੱਚ ਮਤਲਬ ਮਿਲਿਆ, ਉਹਨਾਂ ਸਮਾਂ ਉਹਨਾਂ ਨੇ ਬਿਤਾਇਆ। ਆਪ ਬਿਮਾਰ ਹੋਣ ਦੇ ਬਾਵਜੂਦ ਵੀ ਜਿਹੜਾ ਸਮੁੱਚਾ ਪਰਿਵਾਰ ਹੈ ਉਹਨਾਂ ਨੂੰ ਜਥੇਬੰਦੀ ਦੇ ਵਿੱਚ ਸੇਵਾ ਕਰਨ ਦੇ ਲਈ ਭੇਜਦੇ ਰਹੇ, ਤਾਂ ਜੋ ਜਥੇਬੰਦੀ ਦੇ ਵਿੱਚ ਮਿਲ ਕੇ ਸਾਰੇ ਲੋਕ ਸੇਵਾ ਕਰਨ ਦਾ ਉਹਨਾਂ ਨੇ ਮੌਕਾ ਦਿੱਤਾ। ਅੱਜ ਉਹ ਸਾਨੂੰ ਸਦਾ ਦੇ ਲਈ ਜਿਹੜਾ ਵਿਛੋੜਾ ਦੇ ਕੇ ਗਏ ਨੇ ਉਹ ਭੁੱਲ ਤਾਂ ਨਹੀਂ ਹੋਣਾ, ਪਰ ਉਹਨਾਂ ਨੂੰ ਹਮੇਸ਼ਾ ਅਸੀਂ ਆਪਣੇ ਦਿਲਾਂ ਦੇ ਵਿੱਚ ਯਾਦ ਰੱਖਾਂਗੇ। ਸੋ ਇੱਥੇ ਪਹੁੰਚੀਆਂ ਸੰਗਤਾਂ ਦਾ, ਸਾਰਿਆਂ ਦਾ ਸਾਡੇ ਸਮੁੱਚੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜ਼ਰੂਰੀ ਬੇਨਤੀ ਵੀ ਕਰਦੇ ਹਾਂ ਕਿ ਲੰਗਰ ਛਕ ਕੇ ਜਾਣਾ ਸਾਰਿਆਂ ਨੇ, ਜਿੰਨਾ ਵੀ ਲੋੜ ਹੈ ਤੇ ਚਾਹ ਦਾ ਲੰਗਰ ਵੀ ਤਿਆਰ ਹੈ ਉਹ ਵੀ ਛਕ ਕੇ ਜਾਣਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ।
ਆਹ ਪ੍ਰਾਣਾ ਨੂੰ ਕਿਹਾ ਨਾ ਇਹ ਤੇ ਗੱਲ ਹੈ।
ਚੀਜ਼ ਹੈ ਜੀ, ਇੱਕ ਵਾਰੀ ਦੇਖਦੇ ਕੋਈ ਚੀਜ਼ ਹੈ ਕੁਛ ਨਹੀਂ ਕਰਨਾ ਹੁੰਦਾ।